ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇਗਨੋਰ ਕ੍ਰੀਏਸ਼ਨਸ 'ਤੇ। ਅਤੇ ਅੱਜ ਮੈਂ ਤੁਹਾਨੂੰ ਕੁਛ ਸੂਟਸ ਦਿਖਾਉਣ ਲੱਗੀ ਹਾਂ, ਜਿਹੜੇ ਹੈਂਡ ਪੇਂਟ, ਹੈਂਡ ਬਲੌਕ ਪ੍ਰਿੰਟ ਅਤੇ ਮਿਲਕੀ ਪ੍ਰਿੰਟਿੰਗ, ਇੱਦਾਂ ਦੇ ਸੂਟਸ ਨੇ। ਇਹ ਕਸਟਮਰਸ ਦੇ ਸੂਟ ਨੇ ਅਤੇ ਇਹ ਆਲਰੇਡੀ ਪੈਕ ਕੀਤੇ ਹੋਏ ਨੇ, ਅਤੇ ਅੱਜ ਹੀ ਆਪਾਂ ਨੇ ਇਹਨਾਂ ਨੂੰ ਕੋਰੀਅਰ ਕਰਵਾਉਣਾ ਹੈ। ਅਤੇ ਮੈਨੂੰ ਸੀਗਾ ਕਿ ਚਲੋ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰ ਲਵਾਂ, ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਹ ਵਾਲਾ ਸੂਟ ਹੈ ਜਿਹੜਾ, ਇਹ ਵਾਲਾ ਪਿਓਰ ਕੈਮਰਿਕ ਕੋਟਨ 'ਤੇ ਪਿਓਰ ਸ਼ਿਫੋਨ ਦੁਪੱਟਾ ਨਾਲ ਰੈਡੀ ਕੀਤਾ ਹੈ। ਅਤੇ ਮੈਂ ਓਪਨ ਨਹੀਂ ਕਰਾਂਗੀ ਸਾਰੇ, ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਓਪਨ ਕਰਕੇ ਦਿਖਾਉਂਗੀ। ਇਹ ਵਾਲਾ ਸੂਟ ਹੈ ਜਿਹੜਾ, ਇਹ ਇੱਕ ਮੈਂ ਆਪਣਾ ਬਣਾਇਆ ਸੀਗਾ ਚੰਦੇਰੀ ਸਿਲਕ 'ਤੇ ਵਿਦ ਪਿਓਰ ਸ਼ਿਫੋਨ ਦੁਪੱਟਾ। ਇਹ ਉੱਦਾਂ ਦਾ ਹੀ ਉਹਦੇ ਨਾਲ ਦਾ ਹੀ ਕਸਟਮਰ ਨੇ ਬਣਵਾਇਆ ਹੈ, ਅਤੇ ਉਹਦੀ ਮੈਂ ਪਿੱਕ ਤੁਹਾਨੂੰ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਹੀ ਪਾ ਦਊਂਗੀ, ਅਤੇ ਤੁਸੀਂ ਉੱਥੋਂ ਹੀ ਦੇਖ ਸਕਦੇ ਹੋ। ਇਹ ਚੰਦੇਰੀ ਸਿਲਕ ਦੇ ਵਿੱਚ ਹੈ ਜੀ, ਲਵੈਂਡਰ ਕਲਰ 'ਚ। ਇਸ ਤੋਂ ਬਾਅਦ ਇਹ ਜੋਰਜਟ ਅਤੇ ਸੁਪਰ ਨੈੱਟ ਕੋਟਾ ਡੋਰੀਆ ਦਾ ਦੁਪੱਟਾ ਹੈ, ਵਾਈਟ ਕਲਰ 'ਚ ਆਊਗਾ ਇਹ। ਇਹਦੀ ਪਿੱਕ ਵੀ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਪਾ ਦੂੰਗੀ, ਤੁਸੀਂ ਦੇਖ ਸਕਦੇ ਹੋ। ਅਤੇ ਇਹ ਹੈਗਾ ਜੀ ਆਪਣਾ ਮਿਲਕੀ ਪ੍ਰਿੰਟਿੰਗ, ਇਹ ਉਪਾੜਾ ਸਿਲਕ 'ਤੇ ਹੈ ਜੀ, ਟੈਬੀ ਦੁਪੱਟਾ ਨਾਲ, ਟੈਬੀ ਸਿਲਕ ਦੁਪੱਟਾ। ਇਹਦੇ 'ਤੇ ਇੱਦਾਂ ਦੀ ਪ੍ਰਿੰਟਿੰਗ ਹੈ, ਇਹ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਗੀ। ਅਤੇ ਇਹ ਮਸਟਰਡ ਅਤੇ ਮਹਿੰਦੀ ਦੇ ਉੱਪਰ ਪੇਂਟ ਕਰਵਾਇਆ ਹੈ, ਅਤੇ ਇਹਦੇ ਨਾਲ ਆਪਣਾ ਮਸਟਰਡ ਨਾਲ ਔਰਗੈਂਜ਼ਾ ਦੁਪੱਟਾ ਹੈ, ਅਤੇ ਮਹਿੰਦੀ ਕਲਰ ਨਾਲ ਆਪਣਾ ਮਸਲੀਨ ਦਾ ਦੁਪੱਟਾ ਹੈ, ਮਸਲੀਨ ਕੋਟਨ ਦਾ। ਇਹ ਦੋਨੋਂ ਸੂਟਸ ਆਪਣੇ ਕੈਮਰਿਕ ਕੋਟਨ 'ਚ ਨੇ, ਅਤੇ ਮੈਂ ਤੁਹਾਨੂੰ ਇੱਕ ਸੂਟ ਓਪਨ ਕਰਕੇ ਦਿਖਾਉਂਗੀ। ਬਾਕੀਆਂ ਦੀਆਂ ਜਿੰਨੀਆਂ ਵੀ ਮੇਰੇ ਕੋਲ ਪਿਕਸ ਹੋਣਗੀਆਂ ਮੈਂ ਵੀਡੀਓ ਦੇ ਲਾਸਟ 'ਚ ਅਪਲੋਡ ਕਰ ਦੂੰਗੀ। ਅਤੇ ਇਹਨਾਂ ਸਾਰੇ ਸੂਟਸ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਬੇਬੀ ਪਿੰਕ ਕਲਰ ਹੈ ਉਪਾੜਾ ਸਿਲਕ 'ਤੇ, ਇਹ ਮਿਲਕੀ ਪ੍ਰਿੰਟਿੰਗ ਬੋਲਦੇ ਹਾਂ ਜੀ। ਇਹ ਸ਼ਾਈਨਿੰਗ ਵਾਲੀ ਹੁੰਦੀ ਹੈ ਥੋੜ੍ਹੀ, ਜਿੱਦਾਂ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਉੱਭਰ ਕੇ ਆਈ ਹੁੰਦੀ ਹੈ ਉੱਪਰ। ਇਹ ਬਹੁਤ ਅੱਛੀ ਪੇਂਟਿੰਗ ਹੈ, ਅਤੇ ਇਹ ਉਪਾੜਾ ਸਿਲਕ 'ਤੇ ਰੈਡੀ ਕਰਵਾਇਆ ਕਿਸੇ ਨੇ, ਅਤੇ ਇਹਦੇ ਨਾਲ ਟੈਬੀ ਸਿਲਕ ਦੁਪੱਟਾ ਹੈ। ਅਤੇ ਇਹਦੀ ਜਿੰਨੇ ਵੀ ਮੇਰੇ ਮਿਲਕੀ ਇੰਬੋਸ ਪ੍ਰਿੰਟਿੰਗ, ਮਿਲਕੀ ਪ੍ਰਿੰਟਿੰਗ ਅਤੇ ਜ਼ਰੀ ਪ੍ਰਿੰਟਿੰਗ ਦੇ ਸੂਟਸ ਨੇ, ਉਹ ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਵੀਡੀਓ ਨਾਲ ਅਟੈਚ ਕਰ ਦੂੰਗੀ, ਤੁਸੀਂ ਉਹਦੇ ਵਿੱਚੋਂ ਆਈਡੀਆ ਲਗਾ ਸਕਦੇ ਹੋ। ਅਤੇ ਇਹ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਂਦੀ ਹਾਂ। ਇਹ ਆਪਣਾ ਜੀ ਫਰੰਟ ਰਹੂਗਾ, ਇੱਦਾਂ ਹੀ ਸੇਮ ਵਰਕ ਆਪਾਂ ਨੇ ਬੈਕ 'ਤੇ ਦਿੱਤਾ ਹੋਇਆ ਹੈ। ਅਤੇ ਇਹ ਆਪਣੀਆਂ ਬਾਹਾਂ ਆ ਜਾਣਗੀਆਂ, ਇਹ ਚੀਜ਼ ਆਪਣੀ ਬਾਹਾਂ 'ਤੇ ਡਿਜ਼ਾਇਨਿੰਗ ਹੈ। ਮੈਂ ਸਿੱਧੀ ਕਰਕੇ ਦਿਖਾਉਂਦੀ ਹਾਂ ਤੁਹਾਨੂੰ, ਇਹ ਚੀਜ਼ ਬਹੁਤ ਹੀ ਪਿਆਰਾ ਕਲਰ ਹੈ। ਤੁਸੀਂ ਇੱਦਾਂ ਦੀ ਪ੍ਰਿੰਟਿੰਗ ਕਿਸੇ ਵੀ ਕਲਰ 'ਤੇ ਕਰਵਾ ਸਕਦੇ ਹੋ। ਇਹ ਥੋੜ੍ਹੇ ਪਾਰਟੀ ਵੀਅਰ ਸੂਟਸ ਬਣਦੇ ਨੇ, ਤਾਂ ਕਰਕੇ ਉਹ ਪਾੜਾ ਸਿਲਕ ਕਰੇਪ ਜਾਂ ਜੋਰਜਟ ਕਰੇਪ 'ਤੇ ਹੀ ਅੱਛੇ ਲੱਗਦੇ ਨੇ। ਮੈਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾ ਦਿੰਦੀ ਹਾਂ। ਇਹ ਦੇਖੋ ਟੈਬੀ ਸਿਲਕ 'ਤੇ ਕੀਤਾ ਹੈ, ਸੇਮ ਪ੍ਰਿੰਟਿੰਗ ਦੁਪੱਟੇ 'ਤੇ ਕੀਤੀ ਹੈ। ਅਤੇ ਇਹਦੇ ਵਿੱਚ ਮੇਰੇ ਦੁਪੱਟਾ ਮੈਂ ਆਲਮੋਸਟ ਹੈਵੀ ਕਰਦੀ ਹਾਂ। ਅਗਰ ਤੁਸੀਂ ਵੀ ਇੱਦਾਂ ਦੀ ਪ੍ਰਿੰਟਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਅਪ ਜਾਂ ਕਾਲ ਕਰ ਸਕਦੇ ਹੋ, ਮੈਂ ਆਪਣਾ ਨੰਬਰ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦੇਵਾਂਗੀ। ਅਤੇ ਇੱਦਾਂ ਦੇ ਜਿਹੜੇ ਜ਼ਰੀ ਪ੍ਰਿੰਟਿੰਗ, ਇੰਬੋਸ ਪ੍ਰਿੰਟਿੰਗ ਅਤੇ ਮਿਲਕੀ ਪ੍ਰਿੰਟਿੰਗ ਦੇ ਸੂਟਸ ਨੇ, ਉਹਨਾਂ ਦੀ ਮੈਂ ਇੱਕ ਵੀਡੀਓ
ਇਸੇ ਵੀਡੀਓ ਦੇ ਲਾਸਟ ਦੇ ਵਿੱਚ ਅਟੈਚ ਕਰ ਦੂੰਗੀ ਨਾਲ, ਅਤੇ ਤੁਸੀਂ ਉੱਥੋਂ ਦੇਖ ਕੇ ਵੀ ਕਲਰ ਕੋਂਬੀਨੇਸ਼ਨ ਡਿਸਾਈਡ ਕਰਕੇ ਔਡਰ ਦੇ ਸਕਦੇ ਹੋ। ਅਤੇ ਅੱਗੇ ਆਪਾਂ ਇੱਕ ਨਵੀਂ ਵੀਡੀਓ ਨਾਲ ਮਿਲਦੇ ਹਾਂ, ਉਦੋਂ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।